ਪ੍ਰੋਫੈਸਰ ਸਰਜੀਤ ਨੇ ਜਿਹੜੇ ਉਹਨਾਂ ਦੇ ਖਿਲਾਫ ਇੱਕ ਨਾਇਕ ਜਿਹੜਾ ਕਮਿਸ਼ਨ ਬਣਾਇਆ ਗਿਆ ਇਹ ਪਹਿਲਾਂ ਵੀ ਬਣਾਇਆ ਗਿਆ ਸੀ ਪਰ ਉਹਦੇ ਵਿੱਚ ਪਹਿਲਾਂ ਕੋਈ ਮਹਿਲਾ ਮੈਂਬਰ ਨਹੀਂ ਸੀਗੀ ਪਰਚਿਆਂ ਨੂੰ ਲੈ ਕੇ ਬੜਾ ਰੌਲਾ ਬਣਿਆ ਹੋਇਆ ਸੀ ਕਿ ਵਿਦਿਆਰਥੀ ਯੂਨੀਵਰਸਿਟੀ 'ਚ ਪੜਨ ਆਉਂਦੇ ਨੇ ਵਿਦਿਆਰਥੀਆਂ ਨੇ ਅੱਗੇ ਜਾ ਕੇ ਭਵਿੱਖ ਦੇ ਵਿੱਚ ਯੂਨੀਵਰਸਿਟੀ ਤੋਂ ਜੋ ਸਿੱਖਿਆ ਉਹ ਗੀ ਜਾ ਕੇ ਅਪਲਾਈ ਕਰਨਾ ਉਹ ਯੂਨੀਵਰਸਿਟੀ ਕਹਿ ਰਹੀ ਹੈ ਕਿ ਅਸੀਂ 21 ਦਿਨਾਂ ਦੇ ਬਾਅਦ ਦੇਖਾਂਗੇ ਵੀ ਉਹ ਰੱਤ ਹੁੰਦੇ ਆ ਜਾਂ ਨਹੀਂ ਰੱਤ ਹੁੰਦੇ ਤੁਹਾਨੂੰ ਕੀ ਲੱਗਦਾ ਹੈ ਕਿ ਉਹ 21 ਦਿਨ ਦੇ ਸਮਾਂ ਕਿਸ ਤਰੀਕੇ ਦੇ ਨਾਲ ਜਾਂ ਕਿਸ ਸੋਚ ਸਮਝ ਕੇ ਦਿੱਤਾ ਗਿਆ ਜੋ ਮੈਂ ਮਹਿਸੂਸ ਕਰਦਾ ਕਿ ਜਿਹੜੀਆਂ ਬਹੁਤੀਆਂ ਵਿਦਿਆਰਥੀ ਜੱਥੇਬੰਦੀਆਂ ਨੇ ਉਹ ਇਹ ਕਿਸੇ ਨਾ ਕਿਸੇ ਪ੍ਰੋਫੈਸਰ ਦੇ ਨਾਲ ਕਿਸੇ ਨਾ ਕਿਸੇ ਧੜੇ ਦੇ ਨਾਲ ਮਿਲ ਕੇ ਚੱਲਦੇ ਨੇ ਤੁਸੀਂ ਆਪਣਾ ਧੜਾ ਦੇਖ ਕੇ ਜਾਂ ਆਪਣਾ ਕਿਸੇ ਦੇ ਨਾਲ ਸਾਂਝਾ ਉਹ ਦੇਖ ਕੇ ਫੈਸਲਾ ਲੈਣੇ ਉਹਦੇ ਵਿੱਚ ਜਿਹੜੇ ਸਟੂਡੈਂਟ ਦੇ ਹਿੱਤ ਨੇ ਉਹ ਕੰਪਰੋਮਾਈਜ਼ ਹੋ ਜਾਂਦੇ ਆ ਤੁਸੀਂ ਉਹ ਐਡੀਆਂ ਭੱਦੀਆਂ ਟਿੱਪਣੀਆਂ ਉਹਨਾਂ ਨੇ ਵਿਦਿਆਰਥੀਆਂ ਦੇ ਉੱਪਰ ਕੀਤੀਆਂ ਨੇ ਚਾਹੇ ਉਹ ਵਿਦਿਆਰਥੀ ਨੇ ਭਾਵੇਂ ਵਿਦਿਆਰਥਣਾਂ ਨੇ ਵੀ ਉਹਨਾਂ ਨੂੰ ਕਿਸੇ ਸੱਭੇਕ ਸਮਾਜ ਦੇ ਵਿੱਚ ਤੁਸੀਂ ਥਾਂ ਨਹੀਂ ਦੇ ਸਕਦੇ ਹੈਗੇ ਤੁਸੀਂ ਇਹ ਦੇਖੋ ਵੀ ਇਹ ਕਿਹੋ ਜਿਹਾ ਮਾਹੌਲ ਹੋਊਗਾ ਕਿ ਬੰਦੇ ਸਹਿ ਵੀ ਸਾਰਾ ਕੁਝ ਰਹਿ ਗਿਆ ਤੇ ਦੱਸ ਵੀ ਨਹੀਂ ਰਹੇ ਇਹ ਤਾਂ ਇਹ ਤਾਂ ਸੱਟਾ ਕੱਢਿਆ ਜਾ ਸਕਦਾ ਨਾ ਕਿ ਪ੍ਰੈਸ਼ਰ ਉਹਨਾਂ ਤੇ ਕਿਸੇ ਨਾ ਕਿਸੇ ਕਿਸਮ ਦਾ ਹੈ ਆ ਕੋਈ ਵੀ ਬੰਦਾ ਕਿਤੇ ਵੀ ਜ਼ਿੰਦਗੀ ਦੇ ਵਿੱਚ ਇਨਸਾਫ ਦੀ ਲੜਾਈ ਤਾਂ ਲੜਦਾ ਜਦੋਂ ਉਹਨਾਂ ਨੂੰ ਹੋਵੇ ਵੀ ਮੇਰੇ ਨਾਲ ਕੋਈ ਖੜਾ ਹੋਵੇ ਨਹੀਂ ਬਿਲਕੁਲ ਇੱਕ ਪਾਸਾ ਕਰਨ ਵਾਲੀ ਗੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਵਿਦਿਆਰਥਣ ਜਸ਼ਨਦੀਪ ਦੀ ਮੌਤ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਮੇਨ ਗੇਟ ਦੇ ਉੱ ਸੀ ਜਿਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਸ਼ਾਮਿਲ ਹੋਏ ਸੀ ਇਸ ਦਰਨੇ ਦਾ ਮੇਨ ਮੋਟਿਵ ਇਹ ਰੱਖਿਆ ਗਿਆ ਸੀ ਕਿ ਪ੍ਰੋਫੈਸਰ ਸੁਰਜੀਤ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਵਿਦਿਆਰਥੀਆਂ ਦੇ ਵੱਲੋਂ ਹੀ ਕਿ ਉਹਨਾਂ ਦੇ ਵੱਲੋਂ ਕੁਝ ਅਜਿਹੇ ਸ਼ਬਦ ਜਿਹੜੇ ਨੇ ਉਹ ਵਿਦਿਆਰਥੀਆਂ ਨੂੰ ਕਹੇ ਜਾਂਦੇ ਨੇ ਵਿਦਿਆਰਥਣਾਂ ਨੂੰ ਕਹੇ ਜਾਂਦੇ ਨੇ ਉਸ ਤੋਂ ਬਾਅਦ ਵਿਦਿਆਰਥਣਾਂ ਜਿਹੜੀਆਂ ਨੇ ਉਹ ਮਾਨਸਿਕ ਤਣਾਅ ਦੇ ਵਿੱਚ ਆਈਆਂ ਨੇ ਉਹਨਾਂ ਦੇ ਵੱਲੋਂ ਸ਼ਿਕਾਇਤ ਵੀ ਜਿਹੜੀ ਆ ਉਹ ਲਿਖਤੀ ਯੂਨੀਵਰਸਿਟੀ ਨੂੰ ਦਿੱਤੀ ਗਈ ਹੈ ਤੇ ਇਸ ਕਰਕੇ ਪ੍ਰੋਫੈਸਰ ਸੁਰਜੀਤ ਨੂੰ ਬਰਖਾਸਤ ਕੀਤਾ ਜਾਵੇ ਇਹ ਮੰਗ ਇਸ ਦਰਨੇ ਦੇ ਵਿੱਚ ਕੀਤੀ ਜਾ ਰਹੀ ਸੀ ਤੇ ਇਸ ਤੋਂ ਇਲਾਵਾ ਇਹ ਕਿਹਾ ਜਾਰ ਰਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਇਹ ਪੂਰਾ ਪ੍ਰੋਟੈਸਟ ਹੋਇਆ ਉਸ ਤੋਂ ਬਾਅਦ ਫਿਰ ਵਿਦਿਆਰਥੀਆਂ ਦੇ ਵੱਲੋਂ ਇੱਕ ਖਿੱਚਤੂ ਹੋਈ ਹੈ ਕੁਟਮਾਰ ਹੋਈ ਹੈ ਪ੍ਰੋਫੈਸਰ surjit ਦੀ ਉਹਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਕੀਤੇ ਗਏ ਨੇ ਉਹ ਪਰਚੇ ਰੱਦ ਕੀਤੇ ਜਾਣ ਤਾਂ ਉਸ ਨੂੰ ਲੈ ਕੇ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਉਹ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਮੰਨ ਲੀਆਂ ਗਈਆਂ ਨੇ ਜਾਨਕਿ ਇਹ ਧਰਨਾ ਥੋੜੇ ਸਮੇਂ ਦੇ ਵਿੱਚ ਹੀ ਇੱਥੋਂ ਸਮਾਪਤ ਜਿਹੜਾ ਉਹ ਕਰ ਦਿੱਤਾ ਜਾਏਗਾ ਪਰ 21 ਦਿਨ ਦਾ ਸਮਾਂ ਦਿੱਤਾ ਗਿਆ ਕਿ 21 ਦਿਨ ਦੇ ਵਿੱਚ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਪੂਰਾ ਕਰ ਦੇਾਂਗੇ ਦੂਜੇ ਪਾਸੇ ਬੱਚਿਆਂ ਦੇ ਵੱਲੋਂ ਵੀ ਹੁਣ ਇਹ ਅਲਟੀਮੇਟਮ ਦਿੱ ਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਸਾਡੀਆਂ ਮੰਗਾਂ ਨੂੰ ਮੰਨਿਆ ਨਹੀਂ ਜਾਂਦਾ ਤਾਂ 21 ਦਿਨਾਂ ਬਾਅਦ ਇਹ ਹੋ ਸਕਦਾ ਹੈ ਕਿ ਮੁਰਤ ਤੋਂ ਇੱਥੇ ਧਰਨਾ ਲਗਾਇਆ ਜਾਵੇ ਇਸ ਦੇ ਬਾਰੇ ਅਸੀਂ ਗੱਲਬਾਤ ਕਰਦੇ ਸਾਡੇ ਨਾਲ ਇਸੇ ਜਿਹੜਾ ਧਰਨਾ ਲੱਗਿਆ ਹੋਇਆ ਸੀ ਉਸ ਦੇ ਵਿੱਚ ਇੱਕ ਜਥੇਬੰਦੀ ਹੈ ਸਾਥ ਜਿਨ੍ਹਾਂ ਦੇ ਵੱਲੋਂ ਸਮਰਥਨ ਦਿੱਤਾ ਗਿਆ ਸੀ ਧਰਨੇ ਨੂੰ ਤੇ ਉਸ ਦੇ ਵਿੱਚੋਂ ਸੁਖਮਿੰਦਰ ਸਿੰਘ ਇਸ ਸਮੇਂ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭਾਜੀ ਸਮਝਣ ਦੀ ਕੋਸ਼ਿਸ਼ ਕਰਾਂਗੇ ਪੂਰੇ ਮਸਲੀ ਨੂੰ ਕਿਉਂਕਿ ਜੋ ਹੋ ਰਿਹਾ ਉਹ ਤਾਂ ਅਸੀਂ ਸਮਝ ਰਹੇ ਹਾਂ ਪਰ ਜਿਸ ਤਰੀਕੇ ਦੇ ਨਾਲ ਅੱਜ ਸਵੇਰੇ ਧਰਨਾ ਲੱਗਿਆ ਇੱਕ ਮੋਟਿਵ ਲੈ ਕੇ ਚੱਲਿਆ ਸੀ ਕਿ ਅਸੀਂ ਇਸੇ ਕੇ ਇਨਸਾਫ ਦਿਵਾਵਾਂਗੇ ਅੱਗੇ ਚੱਲਾਂਗੇ ਪ੍ਰੋਫੈਸਰ surjit ਜਿਹੜੇ ਨੇ ਉਹ ਨਹੀਂ ਦੇਖਣਗੇ ਯੂਨੀਵਰਸਿਟੀ ਦੇ ਵਿੱਚ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਦਰਨਾ ਸਮਾਪਤ ਹੋ ਗਿਆ ਨਿਕਲਿਆ ਕੀ ਹੈ ਵਿੱਚੋਂ ਇਸ ਧਰਨੇ ਦੀ ਕਾਲ ਜਿਹੜੀ ਆ ਜੁਨਾਈਟਡ ਸਟੂਡੈਂਟ ਫੈਡਰੇਸ਼ਨ ਵੱਲੋਂ ਦਿੱਤੀ ਗਈ ਸੀ ਉਹਨੂੰ ਜਿਵੇਂ ਅਸੀਂ ਸਾਥ ਵੱਲੋਂ ਇਹ ਤੋਂ ਇਲਾਵਾ ਜਿਹੜੀਆਂ ਯੂਨੀਵਰਸਿਟੀ ਦੇ ਬਾਕੀ ਜਥੇਬੰਦੀਆਂ ਉਹਨਾਂ ਨੇ ਸਮਰਥਨ ਦਿੱਤਾ ਸੀਗਾ ਤਾਂ ਇਸ ਧਰਨੇ ਦੇ ਵਿੱਚ ਜਿਹੜੇ ਲੜਕੀ ਦੀ ਮੌਤ ਹੋਈ ਸੀ ਉਹਨਾਂ ਦਾ ਪਰਿਵਾਰ ਤਾਂ ਉਹਨਾਂ ਦਾ ਪਿੰਡ ਵੀ ਸ਼ਾਮਲ ਸੀਗਾ ਤੇ ਕੁਝ ਹੋਰ ਜਿਹੜੇ ਸਮਾਜਿਕ ਸੇਵੀ ਹੈ ਜਿਵੇਂ ਲੱਖਾ ਸਧਾਨਾ ਹੋ ਗਿਆ ਜਾਂ ਮਿਸਲ ਸਤਲੋਚ ਤੋਂ ਨੇ ਉਹ ਸ਼ਾਮਲ ਸੀਗੇ ਤਾਂ ਉਹਨਾਂ ਵੱਲੋਂ ਵੀ ਸੀ ਸਾਹਿਬ ਨੇ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਦੇ ਵਿੱਚ ਲੱਖਾ ਸੁਧਾਨਾ ਮਿਸਲ ਸੱਤ ਲੋਜ ਤੇ ਯੂਨਾਈਟਿਡ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਆਗੂ ਤੇ ਉਹਨਾਂ ਦੇ ਪਿੰਡ ਦੇ ਜਿਹੜੇ ਲੋਕ ਸੀ ਉਹ ਸ਼ਾਮਲ ਸੀ ਤਾਂ ਮੀਟਿੰਗ ਦੇ ਵਿੱਚ ਜੋ ਉਹਨਾਂ ਨੇ ਬਾਅਦ ਚ ਗੱਲਬਾਤ ਸਾਹਮਣੇ ਆਈ ਉਹ ਇਹ ਆ ਕਿ ਉਹ ਪ੍ਰੋਫੈਸਰ ਸਰਜੀਤ ਨੇ ਜਿਹੜੇ ਉਹਨਾਂ ਦੇ ਖਿਲਾਫ ਇੱਕ ਨਾਇਕ ਜਿਹੜਾ ਕਮਿਸ਼ਨ ਬਣਾਇਆ ਗਿਆ ਇਹ ਪਹਿਲਾਂ ਵੀ ਬਣਾਇਆ ਗਿਆ ਸੀ ਪਰ ਉਹਦੇ ਵਿੱਚ ਪਹਿਲਾਂ ਕੋਈ ਮਹਿਲਾ ਮੈਂਬਰ ਨਹੀਂ ਸੀਗੀ ਸੋ ਇਸ ਗੱਲ ਨੂੰ ਧਿਆਨ ਚ ਰੱਖਿਆ ਗਿਆ ਕਿ ਵੀ ਜੇ ਔਰਤਾਂ ਵੱਲੋਂ ਜਾਂ ਕੁੜੀਆਂ ਵੱਲੋਂ ਸ਼ਿਕਾਇਤਾਂ ਨੇ ਜਿਹੜੀਆਂ ਕਿ ਉਹ ਮੇਲ ਮੈਂਬਰ ਦੇ ਨਾਲ ਕੰਫਰਟੇਬਲੀ ਨਹੀਂ ਰੱਖ ਸਕਦੀਆਂ ਤਾਂ ਇਸ ਲਈ ਇੱਕ ਜਿਹੜੀ ਹੈ ਮਹਿਲਾ ਮੈਂਬਰ ਦਾ ਹੋਣਾ ਬਹੁਤ ਜ਼ਰੂਰੀ ਆ ਸੋ ਉਹਦੇ ਲਈ ਡਾਕਟਰ ਹਰਸ਼ਿੰਦਰ ਕੌਰ ਨੇ ਜਿਹੜੇ ਉਹਨਾਂ ਨੂੰ ਉਹਦੇ ਚ ਰੱਖਿਆ ਗਿਆ ਵਾ ਤਾਂ ਉਹਦੇ ਲਈ ਉਹਨਾਂ ਨੇ 21 ਦਿਨ ਦਾ ਸਮਾਂ ਦਿੱਤਾ ਕਿ 21 ਦਿਨ ਬਾਅਦ ਉਹ ਆਪਣੀ ਰਿਪੋਰਟ ਦੇਣਗੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਬਰਖਾਸਤ ਕੀ ਜਾਂ ਮੌਤ ਲਈ ਉਹਦੇ ਬਾਰੇ ਉਹ ਫੈਸਲਾ ਲੈਣਗੇ 21 ਦਿਨਾਂ ਤੱਕ ਜਿਹੜਾ ਉਹਨਾਂ ਨੂੰ ਯੂਨੀਵਰਸਿਟੀ ਆਉਣ ਨਹੀਂ ਦਿੱਤਾ ਜਾਊਗਾ ਪ੍ਰੋਫੈਸਰ ਸਰਜੀਤ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਹੈ ਇਸ ਤੋਂ ਇਲਾਵਾ ਕਿਉਂਕਿ ਪਰਿਵਾਰ ਦੇ ਨਾਲ ਜਿੱਥੇ ਇਹ ਚੱਲ ਰਿਹਾ ਸੀ ਕਿ ਪਰਿਵਾਰ ਦੇ ਨਾਲ ਹਮਦਰਦੀ ਸੀ ਪਰਿਵਾਰ ਵੀ ਇੱਕ ਮੰਗ ਲੈ ਕੇ ਚੱਲ ਰਿਹਾ ਸੀ ਉਹ ਮੰਗ ਵੀ ਕਿਤੇ ਨਾ ਕਿਤੇ ਮੰਨ ਲਈ ਗਈ ਹੈ ਪਰ ਪਰਚਿਆਂ ਨੂੰ ਲੈ ਕੇ ਬੜਾ ਰੌਲਾ ਬਣਿਆ ਹੋਇਆ ਸੀ ਕਿ ਵਿਦਿਆਰਥੀ ਯੂਨੀਵਰਸਿਟੀ 'ਚ ਪੜਨ ਆਉਂਦੇ ਨੇ ਵਿਦਿਆਰਥੀਆਂ ਨੇ ਅੱਗੇ ਜਾ ਕੇ ਭਵਿੱਖ ਦੇ ਵਿੱਚ ਯੂਨੀਵਰਸਿਟੀ ਤੋਂ ਜੋ ਸਿੱਖਿਆ ਉਹ ਅੱਗੇ ਜਾ ਕੇ ਅਪਲਾਈ ਕਰਨਾ ਹੁੰਦਾ ਆਪਣਾ ਭਵਿੱਖ ਬਣਾਉਣਾ ਹੁੰਦਾ ਪਰ ਅਜਿਹੀਆਂ ਚੀਜ਼ਾਂ ਇਹ ਪਹਿਲੀ ਵਾਰ ਨਹੀਂ ਹੋਇਆ ਅਜਿਹੀਆਂ ਚੀਜ਼ਾਂ ਯੂਨੀਵਰਸਿਟੀਆਂ 'ਚ ਵਾਪਰ ਦੀਆਂ ਰਹਿੰਦੀਆਂ ਨੇ ਪਰਚਿਆਂ ਦਾ ਹੋਣਾ ਤੇ ਉਸ ਤੋਂ ਬਾਅਦ ਫਿਰ ਉਹ ਪਰਚੇ ਰੱਦ ਕਰਾਉਣ ਨੂੰ ਲੈ ਕੇ ਇਸ ਤਰੀਕੇ ਦਾ ਜਿਹੜਾ ਧਰਨਾ ਪ੍ਰਦਰਸ਼ਨ ਹੁੰਦਾ ਹੈ ਉਹ ਯੂਨੀਵਰਸਿਟੀ ਕਹਿ ਰਹੀ ਹੈ ਕਿ ਅਸੀਂ 21 ਦਿਨਾਂ ਦੇ ਬਾਅਦ ਦੇਖਾਂਗੇ ਵੀ ਉਹ ਰੱਦ ਹੁੰਦੇ ਆ ਜਾਂ ਨਹੀਂ ਰੱਦ ਹੁੰਦੇ ਤੁਹਾਨੂੰ ਕੀ ਲੱਗਦਾ ਹੈ ਕਿ ਉਹ 21 ਦਿਨ ਦੇ ਸਮਾਂ ਕਿਸ ਤਰੀਕੇ ਦੇ ਨਾਲ ਜਾਂ ਕਿਸ ਸੋਚ ਸਮਝ ਕੇ ਦਿੱਤਾ ਗਿਆ ਅ ਯੂਨੀ ਆਪਣੇ ਇਸ ਟਾਈਮ ਜਿਹੜਾ ਨਾਰਥ ਇੰਡੀਆ ਦੇ ਵਿੱਚ ਨਾ ਨਇਕ ਜਿਹੜੀ ਹੈ ਜਿਹੜੀ ਯੂਨੀਵਰਸਿਟੀ ਨੂੰ ਗ੍ਰੇਡਿੰਗ ਦਿੰਦੀ ਹੈ ਸੰਸਥਾ ਉਹਨਾਂ ਵੱਲੋਂ ਵਿਜ਼ਿਟ ਕੀਤੀਆਂ ਜਾ ਰਹੀਆਂ ਨੇ ਸੋ ਆਪਣੀ ਯੂਨੀਵਰਸਿਟੀ ਦੇ ਵਿੱਚ ਵੀ ਉਹ ਅਕਤੂਬਰ ਦੇ ਪਹਿਲੇ ਹਫ਼ਤੇ ਦੇ ਕਰੀਬ ਆ ਰਹੀ ਆ। ਸੋ ਜਿਹੜਾ ਯੂਨੀਵਰਸਿਟੀ ਨੇ 21 ਦਿਨਾਂ ਦਾ ਸਮਾਂ ਦਿੱਤਾ ਇੱਕ ਵਾਰ ਉਹਨਾਂ ਨੇ ਸਿਰਫ ਨੈਕ ਦੇ ਜਿਹੜਾ ਟਾਈਮ ਟੇਪਾਉਣ ਨੂੰ ਦਿੱਤਾ ਗਿਆ ਮਤਲਬ ਸੱਤ ਵੱਲੋਂ ਸਾਡੀ ਇਹ ਸਮਝ ਆ ਕਿ ਉਸ ਲਈ ਦਿੱਤਾ ਗਿਆ ਵਾ। ਤੋਂ ਉਹਦੇ ਵਿੱਚ ਉਹਨਾਂ ਨੇ ਭਰੋਸਾ ਤਾਂ ਦਿੱਤਾ ਕਿ ਤੁਹਾਡੇ ਪਰਚੇ ਰੱਦ ਹੋਣਗੇ ਜਿਵੇਂ ਪਰਚੇ ਜਦਵਿੰਦਰ ਸਿੰਘ ਸੈਫੀ ਦੇ ਆਗੂ ਉਹਨਾਂ ਦੇ ਉੱਤੇ ਪਏ ਨੇ। ਸੋਈ ਦੇ ਦੋ ਨੌਜਵਾਨ ਨੇ ਉਹਨਾਂ ਦੇ ਉੱਤੇ ਪਏ ਨੇ ਤੇ ਬਾਕੀ ਅਣਪਛਾਤੇਆਂ ਦੇ ਉੱਤੇ ਪਏ ਆ। ਤੋਂ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਵੀ ਹਣਾ ਵੀ ਉਹ ਸਾਬਤ ਨਹੀਂ ਕੀਤਾ ਜਾ ਸਕਦਾ ਨਾ ਉਹ ਉਸ ਮੌਕੇ ਸੀਗੇ ਉੱਥੇ ਜਾਦੂ ਤਾਂ ਵੀ ਉਹ ਪਰਚੇ ਬੈਸਿਕ ਕੈਨਸਲ ਹੋ ਜਾਣਗੇ ਤਾਂ ਉਹਨਾਂ ਨੇ 21 ਦਿਨਾਂ ਦਾ ਭਰੋਸਾ ਦਿੱਤਾ ਪਰ ਉਹਦੇ ਵਿੱਚ ਜਿਹੜੀ ਸਾਡੀ ਸਾਥ ਵੱਲੋਂ ਇਹ ਸਮਝ ਆ ਕਿ ਉਹ ਤੁਸੀਂ ਉਹਨਾਂ ਦੇ ਭਰੋਸੇ ਤੇ ਯਕੀਨ ਨਹੀਂ ਕਰ ਸਕਦੇ ਹੈਗੇ ਹਣਾ ਉਹ ਇਹ ਹੈ ਕਿ ਵੀ ਜਿੰਨਾਂ ਵੱਲੋਂ ਕਾਲ ਦਿੱਤੀ ਗਈ ਸੀ ਜੀ ਉਹਨਾਂ ਨੇ ਉਹਨਾਂ ਦੇ ਵਿਸ਼ਵਾਸ ਕੀਤਾ ਤਾਂ ਅਸੀਂ ਫਿਲਹਾਲ ਤੱਕ ਉਹਨਾਂ ਦੇ ਨਾਲ ਆ ਤੇ ਉਹਨਾਂ ਵੱਲੋਂ ਜੇ ਫਿਰ ਕਾਲ ਦਿੱਤੀ ਜਾਂਦੀ ਹੈ ਤਾਂ ਫਿਰ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਆਵਾਂਗੇ ਇਹ ਸਾਰੀਆਂ ਚੀਜ਼ਾਂ ਹੋ ਜਾਣਗੀਆਂ ਚਲੋ ਮੰਗ ਲੋ ਵੀ ਜੋ ਮੰਗਾ ਸੀ ਉਹ ਪੂਰੀਆਂ ਹੋ ਜਾਣਗੀਆਂ ਪਰ ਸਾਡਾ ਮੇਨ ਮਸਲਾ ਇਹ ਹੁੰਦਾ ਕਿ ਯੂਨੀਵਰਸਿਟੀ ਦਾ ਮਾਹੌਲ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ ਉਹ ਮਾਹੌਲ ਨੂੰ ਲੈ ਕੇ ਵਿਦਿਆਰਥੀ ਰਾਜਨੀਤੀ ਜਿਹੜੀ ਹੈ ਉਹ ਉਹਦਾ ਸਰਗਰਮ ਹੋਣਾ ਬਹੁਤ ਜ਼ਰੂਰੀ ਹੈ ਕਿ ਜੇ ਵਿਦਿਆਰਥੀ ਰਾਜਨੀਤੀ ਦੀ ਉਸ ਤਰੀਕੇ ਚੱਲੂਗੀ ਇੱਕ ਸੁਚਾਰੂ ਢੰਗ ਦੇ ਨਾਲ ਚੱਲੂਗੀ ਤਾਂ ਯੂਨੀਵਰਸਿਟੀਆਂ ਦਾ ਮਾਹੌਲ ਜਿਹੜਾ ਉਹ ਵਧੀਆ ਹੋਏਗਾ ਪ੍ਰੋਫੈਸਰ ਵਧੀਆ ਹੋਣਗੇ ਪੂਰਾ ਜਿਹੜਾ ਐਟਮੋਸਫੀਅਰ ਹੈ ਉਹ ਵਧੀਆ ਹੋਏਗਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਿਸ ਤਰੀਕੇ ਦੀ ਕਮੀ ਤੁਹਾਨੂੰ ਲੱਗ ਰਹੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੋ ਮੈਂ ਮਹਿਸੂਸ ਕਰਦਾ ਕਿ ਜਿਹੜੀਆਂ ਬਹੁਤੀਆਂ ਵਿਦਿਆਰਥੀ ਜੱਥੇਬੰਦੀਆਂ ਨੇ ਉਹ ਇੱਥੇ ਕਿਸੇ ਨਾ ਕਿਸੇ ਪ੍ਰੋਫੈਸਰ ਦੇ ਨਾਲ ਕਿਸੇ ਨਾ ਕਿਸੇ ਧੜੇ ਦੇ ਨਾਲ ਮਿਲ ਕੇ ਚੱਲਦੀਆਂ ਨੇ ਉਹਦੇ ਕਰਕੇ ਜਿਹੜਾ ਤੁਸੀਂ ਇੱਕ ਪ੍ਰਸ਼ਾਸਨ ਦੇ ਉੱਪਰ ਚੈੱਕ ਰੱਖਣਾ ਹੁੰਦਾ ਉਹ ਨਹੀਂ ਰੱਖ ਪਿਆ ਜਾਂਦਾ ਹੈਗਾ ਵੀ ਤੁਸੀਂ ਸੱਚ ਜਾਂ ਇਨਸਾਫ ਦੇ ਨਾਲ ਖੜਨ ਦੀ ਥਾਂ ਤੇ ਤੁਸੀਂ ਆਪਣਾ ਧੜਾ ਦੇਖ ਕੇ ਜਾਂ ਆਪਣਾ ਕਿਸੇ ਦੇ ਨਾਲ ਸਾਂਝਾ ਉਹ ਦੇਖ ਕੇ ਫੈਸਲੇ ਲੈਂਦੇ ਹੋ ਉਹਦੇ ਵਿੱਚ ਜਿਹੜੇ ਸਟੂਡੈਂਟ ਦੇ ਹਿੱਤ ਨੇ ਉਹ ਕੰਪਰੋਮਾਈਜ਼ ਹੋ ਜਾਂਦੇ ਆ ਤੇ ਉਹ ਤੋਂ ਇਲਾਵਾ ਇੱਕ ਜਿਹੜਾ ਵਿਚਾਰ ਚਰਚਾ ਦਾ ਪੱਧਰ ਹੁੰਦਾ ਵਾ ਬੀਓ ਮਤਲਬ ਆਪਸੀ ਜਿਹੜਾ ਸੰਵਾਦ ਆ ਧਿਰਾਂ ਦੇ ਵਿੱਚ ਉਹ ਬੜਾ ਘਟ ਘਟ ਰਿਹਾ ਮਤਲਬ ਵੀ ਇੱਕ ਵਾਰ ਆਪਾਂ ਬਹਿ ਜਾਂਨੇ ਆ ਮੁੜ ਕੇ ਉਹ ਚੀਜ਼ਾਂ ਕੰਕਰੀਟ ਰੂਪ 'ਚ ਕਦੇ ਨਹੀਂ ਆਉਂਦੀਆਂ ਇਸ ਘਟਨਾ ਨੂੰ ਵੀ ਲੈ ਕੇ ਜਿਵੇਂ ਵੱਖ-ਵੱਖ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਲੈਫਟ ਦੀਆਂ ਨੇ ਸਿੱਖਾਂ ਦੀਆਂ ਨੇ ਮੀਟਿੰਗਸ ਹੋਈਆਂ ਸੀਗੀਆਂ ਕਿ ਵੀ ਆਪਾਂ ਇਹਦੇ ਇੱਕ ਸਾਂਝੀ رائے ਬਣਾ ਕੇ ਯੂਨੀਵਰਸਿਟੀ ਨੂੰ ਪ੍ਰੈਸ਼ਰਾਈਜ਼ ਕਰਾਂਗੇ ਪਰ ਉਹਦਾ ਅੱਗੇ ਕੁਝ ਵੱਧ ਨਹੀਂ ਪਾਇਆ ਹੈਗਾ ਉਹ ਕਿਉਂ ਨਹੀਂ ਵੱਧ ਪਾਇਆ ਕਿਉਂਕਿ ਕੁਝ ਜਥੇਬੰਦੀਆਂ ਨੂੰ ਬਾਅਦ ਦੇ ਵਿੱਚ ਕਿਹਾ ਗਿਆ ਕਿ ਵੀ ਨਹੀਂ ਅਸੀਂ ਆ ਨਹੀਂ ਸਕਦੇ ਸਾਡੀ ਸਰਜੀਤ ਨਾਲ ਸਾਂਝਾ ਜਾਂ ਜਾਂ ਕੁਝ ਵੀ ਆ ਸੋ ਇਸ ਤਰੀਕੇ ਦੇ ਮਸਲੇ ਹੈਗੇ ਆ ਯੂਨੀਵਰਸਿਟੀ ਇਹ ਜੀ ਸਪੇਸ ਹੋਣੀ ਚਾਹੀਦੀ ਹੈ ਵੀ ਜਿੱਥੇ ਜਿਹੜੇ ਅਲੱਗ-ਅਲੱਗ ਵਿਚਾਰ ਰੱਖਦੇ ਬੰਦੇ ਆ ਪਰ ਵਿਚਾਰ ਕਿਸੇ ਦੇ ਵੀ ਅਲੱਗ ਹੋ ਸਕਦੇ ਆ ਪਰ ਘੱਟੋ-ਘੱਟ ਇੱਕ ਮਿਲ ਜੁਲ ਕੇ ਬੈਠਣ ਦਾ ਤੇ ਗੱਲ ਕਰਨ ਦਾ ਮਾਹੌਲ ਹੋਣਾ ਚਾਹੀਦਾ ਵਾ ਜਦੋਂ ਅਸੀਂ ਨਾ ਜਿੱਥੇ ਬੰਦੀਆਂ ਦੇ ਨਾਲ ਵੀ ਗੱਲ ਕਰਦੇ ਨੇ ਤਾਂ ਉਹ ਉਹਨਾਂ ਦੇ ਵਿੱਚੋਂ ਕੁਝ ਇਹ ਕਹਿ ਰਹੇ ਨੇ ਕਿ ਜਿਹੜੇ ਪ੍ਰੋਫੈਸਰ ਸੁਰਜੀਤ ਦੇ ਖਿਲਾਫ ਬੋਲਣ ਵਾਲੇ ਨੇ ਉਹ ਸਿਰਫ ਉਹ ਨੇ ਜਿਹੜੇ ਕਿਤੇ ਨਾ ਕਿਤੇ ਸਿੱਖੀ ਵੱਲ ਝੁਕਾ ਰੱਖਦੇ ਨੇ ਵੀ ਉਹ ਆਪਣੀ ਕਿਹੜ ਕੱਢ ਰਹੇ ਨੇ ਇਹ ਦੋਸ਼ ਸਿੱਧੇ ਤੌਰ ਤੇ ਜਿਹੜੇ ਵੱਡੇ ਆਗੂ ਨੇ ਉਹਨਾਂ ਤੇ ਵੀ ਲੱਗ ਰਿਹਾ ਤੇ ਜਿਹੜੇ ਵਿਦਿਆਰ ਪੁਰਾਣੀਆਂ ਕਿਹੜਾਂ ਕੋਈ ਦੇਖੋ ਜੇ ਕੋਈ ਜੱਥੇਬੰਦੀ ਸਿੱਖੀ ਦੇ ਉੱਪਰ ਚੱਲਦੀ ਆ ਤੇ ਉਹ ਸਰਜੀਤ ਪ੍ਰੋਫੈਸਰ ਤਰੀਦ ਵੱਲੋਂ ਜੋ ਕੁਝ ਕੀਤਾ ਗਿਆ ਉਹਦੇ ਖਿਲਾਫ ਆਵਾਜ਼ ਚੱਕ ਰਹੀ ਆ ਤਾਂਪ ਇਹ ਕਹਿ ਸਕਦੇ ਆ ਵੀ ਜਿਹੜਾ ਸਿੱਖੀ ਨਾਲ ਜੁੜਿਆ ਬੰਦਾ ਉਹਨਾਂ ਚੋਂ ਅਣਖ ਹੈ ਹਲੇ ਬਚੀ ਹੋਈ ਤੇ ਜਿਹੜਾ ਨਹੀਂ ਉਹਨਾਂ ਨਾਲ ਜੁੜੇ ਹੋਏ ਜਾਂ ਖੱਬੇ ਪੱਖੀ ਧਿਰਾਂ ਨਾਲ ਜੁੜੇ ਹੋਏ ਆ ਤਾਂ ਉਹਨਾਂ 'ਚ ਨਹੀਂ ਰਹੀ ਇਹਦਾ ਤਾਂ ਸਿੱਟਾ ਇਹ ਕੱਢਾਂਗੇ ਪਰ ਅਸਲ ਚੇਹੇ ਨਹੀਂ ਹੈ ਕੁਝ ਜਿਹੜੀਆਂ ਖੱਬੇ ਪੱਖੀ ਧਿਰਾਂ ਨੇ ਉਹਨਾਂ ਦੇ ਵੀ ਵਿਦਿਆਰਥੀਆਂ ਨੇ ਜਿਹੜਾ ਸਰਜੀਤ ਦਾ ਵਿਰੋਧ ਕੀਤਾ ਪਰ ਉਹਦੇ ਵਿੱਚ ਕੋਈ ਕੇੜ ਕੱਢਣ ਵਾਲਾ ਮਸਲਾ ਨਹੀਂ ਹੈ ਕਿਉਂਕਿ ਕੇੜ ਕੱਢਣਾ ਹੋਵੇ ਜਾਂ ਤਾਂ ਕਿਸੇ ਨਾਲ ਸਰਜੀਤ ਦਾ ਬੱਟ ਦਾ ਰੌਲਾ ਜਾਂ ਕੋਈ ਪਰਸਨਲ ਲੜਾਈ ਹੋਵੇ ਨਾ ਵੀ ਕੇੜ ਕੱਢਣੀ ਆ ਸਾਰਿਆਂ ਨੂੰ ਪਤਾ ਕਿ ਵੀ ਜਿਹੜੇ ਪ੍ਰੋਫੈਸਰ ਸਰਜੀਤ ਨੇ ਉਹ ਲਗਾਤਾਰ ਸਟੂਡੈਂਟ ਦੇ ਨਾਲ ਜਿਹੜਾ ਮਾੜਾ ਬਿਹੇਵ ਉਹ ਇੱਥੇ ਕਰਦੇ ਆਏ ਆ ਉਹਨਾਂ ਦੇ ਖਿਲਾਫ ਬੈਸੀ ਹਰ ਇੱਕ ਵਿਦਿਆਰਥੀ ਹਰ ਇੱਕ ਪ੍ਰੋਫੈਸਰ ਜਿਹੜੇ ਜੀ ਓਪਨਲੀ ਨਹੀਂ ਕਹੂਗਾ ਤੁਸੀਂ ਪਰਸਨਲੀ ਗੱਲ ਕਰੋਗੇ ਤਾਂ ਉਹਨਾਂ ਦੇ ਖਿਲਾਫ ਉਹ رائے ਰੱਖ ਦਿਆ ਹਰ ਕੋਈ ਰੱਖਦਾ ਵਾ ਤਾਂ ਇੱਕ ਇਹੋ ਜਿਹਾ ਮਾਹੌਲ ਬਣਿਆ ਕਿ ਉਹ ਟਾਰਗੇਟ ਹੋਏ ਹਨ ਵਿਦਿਆਰਥੀ ਨੇ ਆਪਣਾ ਗੁੱਸਾ ਉਹਨਾਂ ਤੇ ਕੱਢਿਆ ਤਾਂ ਮਾਹੌਲ ਬਣ ਗਿਆ ਉਹਦੇ ਚ ਜੇ ਕੋਈ ਉਹਨਾਂ ਬਾਰੇ ਹੁਣ ਬੋਲ ਰਿਹਾ ਤਾਂ ਪਏ ਨਹੀਂ ਕਹਿ ਸਕਦੇ ਵੀ ਉਹ ਖੇੜ ਕੱਢ ਰਿਹਾ ਨਹੀਂ ਕਈ ਲੋਕ ਇਹ ਵੀ ਕਹਿ ਰਹੇ ਨੇ ਕਹਿੰਦੇ ਵੀ ਤੁਸੀਂ ਨਾ ਬੜੇ ਦੋਗਲੇ ਹੋ ਵੀ ਜੇ ਪ੍ਰੋਫੈਸਰ ਸੁਰਜੀਤ ਇੱਕ ਵਧੀਆ ਪ੍ਰੋਫੈਸਰ ਹੋਣ ਦੇ ਨਾਤੇ ਬੱਚਿਆਂ ਨੂੰ ਸਿੱਧੇ ਲੀ ਤੇ ਪਾ ਰਿਹਾ ਆ ਉਹ ਚਾਹੇ ਗੁੱਸੇ ਹੋਗੇ ਕਹਿੰਦੇ ਪੁਰਾਣੇ ਸਮੇਂ ਜੇ ਤੇ ਮਤਲਬ ਪ੍ਰੋਫੈਸਰ ਜਿਹੜਾ ਉਹ ਡਾਂਟ ਵੀ ਦਿੰਦਾ ਸੀ ਛੋਟੀਆਂ ਤੱਕ ਮਾਰ ਦਿੰਦਾ ਹੁੰਦਾ ਸੀ ਪਰ ਵਿਦਿਆਰਥੀ ਟੱਸ ਤੋਂ ਮਾਸੇ ਨਹੀਂ ਸੀ ਹੁੰਦੇ ਵੀ ਅੱਜ ਕੱਲ ਦੇ ਵਿਦਿਆਰਥੀ ਚਾਮਲੇ ਹੋਏ ਨੇ ਵੀ ਜੇ ਗੁੱਸੇ ਅ ਦੇਖੋ ਗੱਲ ਗੁੱਸੇ ਚ ਕਹਿਣ ਦੀ ਨਹੀਂ ਹੈ ਗੱਲ ਹੈ ਵੀ ਇੱਕ ਤਾਂ ਹੈ ਵੀ ਜਿਹੜਾ ਉਹਨਾਂ ਵੱਲੋਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਮਲੋ ਟਿੱਪਣੀਆਂ ਆਪਾਂ ਕੈਮਰੇ ਤੇ ਜਾਂ ਖੜ ਕੇ ਇੱਥੇ ਕਹਿ ਨਹੀਂ ਸਕਦੇ ਉਹ ਸਟੂਡ ਵਿਦਿਆਰਥਣਾ ਨੇ ਆਪਣੇ ਲਿਖ ਕੇ ਦਿੱਤੀਆਂ ਹੋਈਆਂ ਉਹਨਾਂ ਨੇ ਵਿਦਿਆਰਥਣਾਂ ਦੇ ਆਪਣੇ ਬਿਆਨ ਨੇ ਤੁਸੀਂ ਸੁਣ ਸਕਦੇ ਹੋ ਮਸਲਾ ਇਹ ਹੈ ਵੀ ਮਸਲਾ ਸੰਵੇਦਨਸ਼ੀਲਤਾ ਦਾ ਹੈ ਕਿ ਜਦੋਂ ਇੱਕ ਬਿਮਾਰ ਬੰਦਾ ਤੁਹਾਨੂੰ ਆ ਕੇ ਕਹਿ ਰਿਹਾ ਕਿ ਮੈਂ ਹਾਜ਼ਰ ਨਹੀਂ ਹੋ ਸਕਦਾ ਮੈਨੂੰ ਛੁੱਟੀ ਚਾਹੀਦੀ ਆ ਹਨਾ ਵੀ ਤੁਸੀਂ ਉਹਨੂੰ ਕਿਵੇਂ ਡੀਲ ਕਰੋਗੇ ਤੁਸੀਂ ਉਹਨੂੰ ਖਿੱਚ ਕੇ ਡੀਲ ਕਰੋਗੇ ਕਿ ਤੁਸੀਂ ਇੱਕ ਇਨਸਾਨ ਦਾ ਦਰਦ ਸਮਝਦੇ ਹੋਏ ਉਸ ਤਰੀਕੇ ਡੀਲ ਕਰੋਗੇ ਤੋਂ ਤੋਂ ਲਾਵਾ ਜਿਹੜੇ ਇਸ ਤੋਂ ਬਿਨਾ ਜਿਹੜੇ ਪ੍ਰੋਫੈਸਰ ਸਰਜੀਤ ਤੇ ਇਲਜ਼ਾਮ ਲੱਗੇ ਆ ਜੇ ਤੁਸੀਂ ਉਹਨਾਂ ਵਿਦਿਆਰਥੀਆਂ ਦੀ ਗੱਲ ਸੁਣੋ ਤਾਂ ਕਿਸੇ ਵੀ ਤਰੀਕੇ ਉਹਨਾਂ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਇੱਕ ਅਧਿਆਪਕ ਦਾ ਗੁੱਸਾ ਉਹ ਗੁੱਸਾ ਨਹੀਂ ਹੈ ਮਤਲਬ ਤੁਸੀਂ ਉਹ ਐਡੀਆਂ ਭੱਦੀਆਂ ਟਿੱਪਣੀਆਂ ਉਹਨਾਂ ਨੇ ਵਿਦਿਆਰਥੀਆਂ ਦੇ ਉੱਪਰ ਕੀਤੀਆਂ ਨੇ ਚਾਹੇ ਉਹ ਵਿਦਿਆਰਥੀ ਨੇ ਭਾਵੇਂ ਵਿਦਿਆਰਥਣਾਂ ਨੇ ਵੀ ਉਹ ਉਹਨਾਂ ਨੂੰ ਕਿਸੇ ਸੱਭਿਅਕ ਸਮਾਜ ਦੇ ਵਿੱਚ ਤੁਸੀਂ ਥਾਂ ਨਹੀਂ ਦੇ ਸਕਦੇ ਹੈਗੇ ਇਹ ਫਿਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਦਿਆਰਥਣਾ ਨੇ ਯੂਨੀਵਰਸਿਟੀ ਚ ਤਾਂ ਕੰਪਲੇਂਟ ਦੇਤੀ ਹੈ ਜੇ ਸੈਕਸਚੁਅਲ ਹਰਾਸਮੈਂਟ ਵਰਗੀਆਂ ਚੀਜ਼ਾਂ ਹੋਈਆਂ ਨੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਭੱਦੀਆਂ ਟਿੱਪਣੀਆਂ ਫਿਜ਼ੀਕਲ ਅਪੀਅਰੈਂਸ ਨੂੰ ਲੈ ਕੇ ਜਾਂ ਕਿਸੇ ਹੋਰ ਚੀਜ਼ ਨੂੰ ਲੈ ਕੇ ਤਾਂ ਪੁਲਿਸ ਤੱਕ ਕਿਉਂ ਨਹੀਂ ਹੋ ਵਿਦਿਆਰਥੀ ਪਹੁੰਚ ਰਹੀ ਜਿਹੜੀਆਂ ਵਿਦਿਆਰਥਣਾ ਨੇ ਯੂਨੀਵਰਸਿਟੀ ਚ ਕੰਪਲੇਂਟ ਦੇਤੀ ਉਹ ਸਿੱਧਾ ਜਾ ਕੇ ਪੁਲਿਸ ਸਟੇਸ਼ਨ ਕੰਪਲੇਂਟ ਕਰਨ ਤੇ ਉੱਥੋਂ ਫਿਰ ਅਗਲੀ ਜਿਹੜੀ ਕਾਰਵਾਈ ਹੈ ਉਹ ਕਾਨੂੰਨੀ ਤੌਰ ਤੇ ਹੋਏਗੀ ਦੇਖੋ ਜੀ ਜਦੋਂ ਕਿਸੇ ਸਮਾਜ ਦੇ ਵਿੱਚ ਕੋਈ ਰੌਲਾ ਖੜਾ ਹੁੰਦਾ ਉਦੋਂ ਲਈ ਜਿਹੜੇ ਪ੍ਰਬੰਧ ਸਿਰਜੇ ਜਾਂਦੇ ਹਨ ਵੀ ਪਹਿਲਾ ਜਿਹੜਾ ਇਮੀਡੀਏਟ ਪ੍ਰਬੰਧ ਉਹਨਾਂ ਦੇ ਕੋਲ ਇਨਸਾਫ ਲੈਣ ਦਾ ਉਹ ਤਾਂ ਯੂਨੀਵਰਸਿਟੀ ਦੀ ਹਾਇਰ ਅਥਾਰਟੀਜ਼ ਨੇ ਨਾ ਆਪਾਂ ਇਹ ਉਮੀਦ ਕਰਦੇ ਹਾਂ ਕਿ ਇਹ ਮਸਲਾ ਯੂਨੀਵਰਸਿਟੀ ਦੀ ਹਾਇਰ ਅਥਾਰਟੀਜ਼ ਤੱਕ ਜਿਹੜਾ ਬਹੁਤ ਨਿਬੜਿਆ ਜਾਊਗਾ ਸਾਡੀ ਉਥੇ ਸੁਣਵਾਈ ਹੋਊਗੀ ਹੈਨਾ ਤੇ ਉਹ ਤੋਂ ਇਲਾਵਾ ਹੁੰਦੀ ਹੈ ਗੱਲ ਵੀ ਜਿਹਦੇ ਤੇ ਚੀਜ਼ ਵਾਪਰ ਰਹੀ ਆ ਵੀ ਉਹ ਕਿੰਨਾ ਕੁ ਹੌਸਲਾ ਕਰ ਪਾ ਰਿਹਾ ਆਪਣੇ ਨਾਲ ਵਾਪਰ ਰਹੀ ਚੀਜ਼ ਇਹਨੂੰ ਦੱਸਣ ਨੂੰ ਲੈ ਕੇ ਤੁਸੀਂ ਇਹ ਦੇਖੋ ਵੀ ਇਹ ਕਿਹੋ ਜਿਹਾ ਮਾਹੌਲ ਹੋਊਗਾ ਕਿ ਬੰਦੇ ਸਹਿ ਵੀ ਸਾਰਾ ਕੁਝ ਰਹਿਏ ਆ ਤੇ ਦੱਸ ਵੀ ਨਹੀਂ ਰਹੇ ਇਹਦੋਂ ਤਾਂ ਇਹ ਤਾਂ ਸੱਟਾ ਕੱਢਿਆ ਜਾ ਸਕਦਾ ਨਾ ਕਿ ਪ੍ਰੈਸ਼ਰ ਉਹਨਾਂ ਤੇ ਕਿਸੇ ਨਾ ਕਿਸੇ ਕਿਸਮ ਦਾ ਹੈ ਆ ਤੋਂ ਇਹ ਪਹਿਲੀ ਵਾਰ ਹੋਇਆ ਕਿ ਉਹਨਾਂ ਦੇ ਖਿਲਾਫ ਲਿਖਤੀ ਸ਼ਿਕਾਇਤਾਂ ਇਸ ਕਸੂਂਦੀ ਆਈਆਂ ਇਹਦੋਂ ਪਹਿਲਾਂ ਬੰਦੇ ਵਰਬਲੀ ਕਹਿੰਦੇ ਸੀ ਜਿੰਨਾਂ ਨਾਲ ਹੁੰਦਾ ਸੀ ਪਰ ਲਿਖਤੀ ਕੁਝ ਨਹੀਂ ਸੀ ਹੁੰਦਾ ਕਿਉਂਕਿ ਲੋਕਾਂ ਨੂੰ ਉਮੀਦ ਨਹੀਂ ਸੀ ਇੱਥੋਂ ਕਿਤੋਂ ਵੀ ਕੋਈ ਵੀ ਬੰਦਾ ਕਿਤੇ ਵੀ ਜ਼ਿੰਦਗੀ ਦੇ ਵਿੱਚ ਇਨਸਾਫ ਦੀ ਲੜਾਈ ਤਾਂ ਲੜਦਾ ਜਦੋਂ ਉਹਨਾਂ ਨੂੰ ਹੋਵੇ ਵੀ ਮੇਰੇ ਨਾਲ ਕੋਈ ਖੜਾ ਹੋਵੇ ਨਹੀਂ ਬਿਲਕੁਲ ਇੱਕ ਪਾਸਾ ਕਰਨ ਵਾਲੀ ਗੱਲ ਆ ਸੋ ਮੈਨੂੰ ਲੱਗਦਾ ਵੀ ਇਸ ਚੱਕਰ 'ਚ ਵੀ ਰਿਹਾ ਹੋਊਗਾ ਕਿ ਕਿਸੇ ਨੇ ਨਹੀਂ ਕਿਹਾ ਇਹ ਚੀਜ਼ ਜੀ ਬਹੁਤ-ਬਹੁਤ ਸ਼ੁਕਰੀਆ ਥਾ ਈਸ਼ਾਨ ਸਾਡੇ ਨਾਲ ਸੁਖਮਿੰਦਰ ਸਿੰਘ ਜਿਹੜੇ ਸਾਥ ਆਰਗੇਨਾਈਜੇਸ਼ਨ ਦੇ ਨਾਲ ਸੰਬੰਧਿਤ ਨੇ ਤੇ ਉਹਨਾਂ ਦੇ ਵੱਲੋਂ ਖੁੱਲ ਕੇ ਵਿਚਾਰ-ਚਰਚਾ ਜਿਹੜੀ ਹੈ ਕੁੜੀਆਂ ਨਾਲ ਜੁੜੇ ਮਸਲੇ ਤੇ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਲਗਾਤਾਰ ਇਸ ਚੀਜ਼ ਦੇ ਉੱਤੇ ਜਿਹੜਾ ਜ਼ੋਰ ਪਾ ਰਹੇ ਹਾਂ ਕਿ ਇਹ ਮਸਲਾ ਇਸ ਚੀਜ਼ ਦੇ ਉੱਤੇ ਜ਼ਿਆਦਾ ਗੌਰ ਕਰਨ ਵਾਲਾ ਹੈ ਕਿ ਕੁੜੀਆਂ ਦੇ ਵੱਲੋਂ ਇੱਕ ਕੋਈ ਕੰਪਲੇਂਟ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿੱਚ ਇੱਕ ਅਜੀਬਾ ਮਾਹੌਲ ਹੈ ਜਿੱਥੇ ਉਹ ਆਪਣੇ ਆਪ ਨੂੰ ਦਬਾਅ ਦੇ ਹੇਠ ਮਹਿਸੂਸ ਕਰਦੀਆਂ ਨੇ ਉਹਨਾਂ ਨੂੰ ਇਹ ਇੰਜ ਮਹਿਸੂਸ ਹੁੰਦਾ ਹੈ ਕਿ ਉਹਨਾਂ ਦਾ ਜਿਹੜਾ ਮਾਨਸਿਕ ਤੌਰ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਤਾਂ ਉਸ ਮਸਲੇ ਨੂੰ ਯੂਨੀਵਰਸਿਟੀ ਨੂੰ ਕਿੰਨੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਵਿਦਿਆਰਥੀਆਂ ਨੂੰ ਕਿੰਨੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਜਾਂ ਵਿਦਿਆਰਥੀ ਆਗੂਆਂ ਨੂੰ ਕਿੰਨੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਇਸ ਮਸਲੇ ਦੇ ਉੱਤੇ ਗੱਲਬਾਤ ਕੀਤੀ ਜਾਣੀ ਬੇਹਦ ਲਾਜ਼ਮੀ ਹੈ ਕਿਉਂਕਿ ਇਹ ਯੂਨੀਵਰਸਿਟੀ ਦਾ ਮਸਲਾ ਸਿਰਫ ਪੰਜਾਬੀ ਦਾ ਨਹੀਂ ਹੈ ਇਸ ਤੋਂ ਪਹਿਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚੋਂ 20 ਵਿਦਿਆਰਥੀਆਂ ਦੇ ਵੱਲੋਂ ਅਜਿਹੀ ਕੰਪਲੇਂਡ ਸਿੱਧੀ ਰਾਜਪਾਲ ਤੱਕ ਪਹੁੰਚਾਈ ਗਈ ਸੀ ਪਰ ਫਿਰ ਵੀ ਕੋਈ ਮਸਲਾ ਹੱਲ ਨਹੀਂ ਹੋ ਦੇ ਉਤੇ ਖੁੱਲ ਕੇ ਗੱਲਬਾਤ ਜਿਹੜੀ ਆ ਉਹ ਹੋਣੀ ਚਾਹੀਦੀ ਆ ਕੈਮਰਾਮੈਨ ਹਰਵਿੰਦਰ ਸਿੰਘ ਦੇ ਨਾਲ ਮੈਂ ਨਵਜੋਦ कौर ਪੰਜਾਬੀ ਯੂਨੀਵਰਸਿਟੀ ਪਟਿਆਲਾ